ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਇਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਾਇਰਲ ਹੋਈ ਵੀਡੀਓ ਦਾ ਮੁੱਦਾ ਗਰਮਾਉਂਦਾ ਚਲਾ ਗਿਆ ਹੈ। ਦੱਸ ਦਈਏ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਪਟਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਸੀ, ਜੋ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ ਸੀ, ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਜਿਸ ਦੇ ਚੱਲਦਿਆਂ ਅੱਜ ਸਿੱਖ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ SSP ਗੁਰਦਾਸਪੁਰ ਦੇ ਨਾਮ ਲਿਖਤੀ ਸ਼ਿਕਾਇਤ ਦੇ ਕੇ DSP ਗੁਰਦਾਸਪੁਰ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ, ਜਿਸ ਵਿੱਚ ਰੰਧਾਵਾ ਖਿਲਾਫ਼ 295A ਦਾ ਮਾਮਲਾ ਦਰਜ ਕਰਨ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਥੇਦਾਰ ਸਤਨਾਮ ਸਿੰਘ ਸੁੱਚ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਹੈ, ਜੋ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਨਾਲ ਗੁਰੂ ਨਾਨਕ ਨਾਮ ਸੇਵਾ ਸੰਗਤਾਂ ਅਤੇ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਵੀਡੀਓ ਵਿਚਲੀਆਂ ਟਿੱਪਣੀਆਂ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਨਾਲ ਸਾਡੀ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ 295A ਦਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਪੰਜਾਬ ਪੱਧਰ 'ਤੇ ਰੰਧਾਵਾ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਉਸ ਮੌਕੇ 'ਤੇ DSP ਰਾਜੇਸ਼ ਕੱਕੜ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਰੰਧਾਵਾ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ, ਜੋ SSP ਗੁਰਦਾਸਪੁਰ ਦੇ ਨਾਮ 'ਤੇ ਹੈ, ਉਹਨਾਂ ਨੂੰ ਭੇਜ ਦਿੱਤੀ ਜਾਵੇਗੀ। ਅਸੀਂ ਜੀ ਦਰਖਾਸਤ ਦਿੱਤੀ ਆ ਸਰਦਾਰ ਸੁਖਵਿੰਦਰ ਸਿੰਘ ਰੰਧਾਵੇ ਦੇ ਖਿਲਾਫ਼, ਜੋ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਮੁੱਖ ਮੰਤਰੀ ਤੁਲਨਾ ਕੀਤੀ ਅਤੇ ਮਜ਼ਾਕ ਕੀਤੀ, ਆਪਣੇ ਸੱਜਣਾ ਮਿੱਤਰਾਂ ਦਾ ਹੱਸਦਾ ਤੁਹਾਨੂੰ ਸਾਰਿਆਂ ਨੂੰ ਵਿਖਾਈ ਦਿੰਦਾ। ਇਸ ਕਰਕੇ ਸਾਡੇ ਸਿੱਖਾਂ ਦੇ ਜਿਹੜੇ ਮਾਨ ਆ ਉਹ ਬੜੇ ਦੁਖੀ ਹੋਏ ਆ, ਅਤੇ ਦੁਖੀ ਮਨ ਦੇ ਨਾਲ ਅਸੀਂ ਅੱਜ ਇਹ ਦਰਖਾਸਤ ਦੇਣ ਆਏ ਹਾਂ। ਸਾਨੂੰ SSP ਸਾਹਿਬ ਮਿਲੇ ਨਹੀਂ ਗਏ, ਨਾ ਸਾਨੂੰ SP ਹੈੱਡਕੁਆਰਟਰ ਸਾਹਿਬ ਮਿਲੇ ਆ। ਹੁਣ ਡਿਪਟੀ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕੀਤੀ, ਉਹਨਾਂ ਸਾਡੀ ਦਰਖਾਸਤ ਰੱਖ ਲਈ ਆ। ਉਹਨਾਂ ਕਿਹਾ ਵੀ ਮੈਂ ਇਹਨੂੰ ਪੁੱਟ ਆਫ ਕਰਕੇ ਅਤੇ SSP ਸਾਹਿਬ ਨੂੰ ਭੇਜਦਾ ਗਾ। ਸਾਡੇ ਵੱਲੋਂ ਜੇ ਮੰਗ ਕੀਤੀ ਗਈ ਵੀ ਜੋ ਉਹਦੇ ਖਿਲਾਫ਼ ਬਣਦੀ ਕਾਇਦਾ ਕਾਨੂੰਨ ਹੈਗਾ ਉਹਦੇ ਮੁਤਾਬਕ ਉਹਨੂੰ, ਕਿਉਂ ਸਾਡਾ ਸਿੱਖਾਂ ਦਾ ਇੱਕ ਸਭ ਤੋਂ ਵੱਡਾ ਗੁਰੂ ਨਾਨਕ ਪਾਤਸ਼ਾਹ, ਉਹਦਾ ਰੂਪ ਗੁਰੂ ਅੰਗਦ ਦੇਵ ਜੀ, ਉਹਦਾ ਗੁਰੂ ਅਮਰਦਾਸ ਜੀ, ਉਹਦਾ ਗੁਰੂ ਉਹਦਾ ਜਿਹੜਾ ਹੈਗਾ ਸੀ, ਸਮਝ ਲਓ ਵੀ ਦਸੇ ਗੁਰੂ ਉਹਨਾਂ ਦਾ ਸਰੂਪ ਸੀ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀ, ਜੇ ਸਾਨੂੰ ਕੋਈ ਸੁਖੀ ਰੰਧਾਵੇ ਵਰਗਾ ਕਹੇ ਮੁੱਖ ਮੰਤਰੀ ਠੀਕ ਆ, ਸਾਡਾ ਸਤਿਕਾਰਯੋਗ ਆ, ਲੋਕਾਂ ਵੋਟਾਂ ਪਾ ਕੇ ਬਣਾਇਆ, ਪਰ ਅਸੀਂ ਗੁਰੂ ਨਾਨਕ ਦਾ ਮੰਨਣ ਨੂੰ ਕਿਸੇ ਨੂੰ ਤਿਆਰ ਨੇ ਜੀ। ਅਸੀਂ ਆਪਣੇ ਸਿੱਖ ਹੁੰਦਿਆਂ ਹੋਇਆਂ ਸਾਨੂੰ ਇਹ ਬੜਾ ਦੁੱਖ ਲੱਗਾ। ਦੇਖੋ ਇੱਕ ਸਾਈ ਜਮਾਤ ਆ, ਸਾਨੂੰ ਸਿੱਖ ਹੁੰਦਿਆਂ ਨੂੰ ਅਸੀਂ ਆਪਣੀਆਂ ਪਾਰਟੀਆਂ ਧੜੇ ਛੱਡ ਕੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਜੀਵਨ ਆ ਸਿੱਖਾਂ ਦਾ, ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ, ਗੁਰੂ ਨਾਨਕ ਦੇਵਾਂ ਦੇ ਅਸੀਂ ਸਮਝ ਲਓ ਵੀ ਸਭ ਕੁਛ ਸਾਡਾ ਗੁਰੂ ਨਾਨਕ ਪਾਤਸ਼ਾਹ ਹੀ ਆ, ਅਤੇ ਅਸੀਂ ਉਹਦੇ ਜੋ ਖਿਲਾਫ਼ ਕੋ ਮਜ਼ਾਕ ਉਡਾਵੇ ਅਸੀਂ ਯਾਰ ਨਹੀਂ ਸਕਦੇ। ਮੰਗ ਇਹੋ ਕੀਤੀ ਗਈ ਹੈ ਜੀ, ਜੋ ਰੰਧਾਵਾ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਾਡੇ ਮੁੱਖ ਮੰਤਰੀ ਤੁਲਨਾ ਕੀਤੀ ਹੈ, ਉਹ ਬਹੁਤ ਹੀ ਮੰਦਭਾਗਾ ਇਸ਼ੂ ਆ, ਅਤੇ ਅਸੀਂ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਜੋ ਇਹ ਮੰਗ ਪੱਤਰ ਜਿਹੜਾ ਉਹ ਦਿੱਤਾ, ਸਾਰੀ ਸਿੱਖ ਕੌਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਰੋਸ ਪਾਇਆ ਜਾ ਰਿਹਾ। ਇਹ ਬਹੁਤ ਹੀ ਮੰਦਭਾਗੀ ਘਟਨਾ, ਇੱਕ ਜ਼ਿੰਮੇਵਾਰ ਵਿਅਕਤੀ ਮਤਲਬ ਕਿ ਗੁਰੂ ਮਹਾਰਾਜ ਦੇ ਖਿਲਾਫ਼ ਗੱਲ ਕਰੇ, ਮੰਦੀ ਸ਼ਬਦਾਂ ਵਾਲੀ ਵਰਤੇ,
ਇਸ ਤੋਂ ਹੋਰ ਮੰਦੀ ਕੋਈ ਗੱਲ ਹੋ ਨਹੀਂ ਸਕਦੀ ਕਰਕੇ ਸਾਰੀ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਲੁੰਦਰੀਆਂ ਗਈਆਂ ਨੇ ਅਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਕਾਨੂੰਨੀ ਕਾਰਵਾਈ ਹੋ। ਅੱਜ ਮੇਰੇ ਕੋਲ ਮੈਂ ਥਾਂ ਆਪਣੇ ਦਫ਼ਤਰ ਹਾਜ਼ਰ ਸੀ ਅਤੇ ਮੇਰੇ ਕੋਲ ਤਮਾਮ ਸਿੰਘ ਟੂਰ ਜਿੱਥੇ ਮੰਦੀਆਂ ਦੇ ਨਾਲ ਆਪਾਂ ਆਏ ਸੀ ਉਹਨਾਂ ਨੇ ਇੱਕ ਮਾਨਯੋਗ ਸੁਖਬੀਰ ਸਿੰਘ ਰੰਧਾਵਾ ਦੇ ਮਤਲਬ ਦਿੱਤੀ ਹੈ ਜੋ ਅਸੀਂ ਸਾਡੇ ਨਾਂ 'ਤੇ ਆ ਸਾਹਿਬ ਆਉਂਦੇ ਮੈਨੂੰ ਪਤਾ ਕਰ ਉਹਨਾਂ ਨੇ ਜਿਹੜੀ ਹੋਗੀ ਪੂਰੀ ਰਹਿਲ ਹੋਈ ਹੈ ਉਸ ਮੰਦਰ ਕਰ ਦਿੱਤੀ ਹੈ। ਦੂਜੇ ਪਾਸੇ ਇਸ ਮੁੱਦੇ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕਾਫੀ ਗਰਮ ਨਜ਼ਰ ਆ ਰਹੇ ਹਨ ਅਤੇ ਗੁੱਸੇ ਵਿੱਚ ਕੱਲ੍ਹ ਉਹਨਾਂ ਨੇ ਬਟਾਲੇ ਦੇ SSP ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਆ ਅਤੇ ਅਦਾਲਤ ਜਾਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇੱਕ ਨਿੱਜੀ ਚੈਨਲ 'ਤੇ ਆਰੋਪ ਲਗਾਉਂਦੇ ਉਹਨਾਂ ਨੇ ਕਿਹਾ ਕਿ ਪੁਰਾਣੀ ਵੀਡੀਓ ਦਾ ਗਲਤ ਤਰੀਕੇ ਨਾਲ ਐਡਿਟ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਹਨਾਂ ਦਾ ਪਕਸ਼ ਵੀ ਨਹੀਂ ਲਿਆ ਗਿਆ। ਰੰਧਾਵਾ ਨੇ ਕੁਝ ਨਿੱਜੀ ਚੈਨਲੋਂ ਕਾ ਨਾਮ ਮੈਂ ਉਨਕੇ ਨੁਮਾਇੰਦੋਂ ਕਾ ਨਾਮ ਲੈਂਦਿਆਂ ਹੋਇਆਂ ਕਿਹਾ ਕਿ ਇਹਨਾਂ ਲੋਕਾਂ ਨੇ ਵਿਰੋਧੀਆਂ ਨਾਲ ਮਿਲ ਕੇ ਮਿਲੀ ਭਗਤ ਕਰਕੇ ਪੂਰੀ ਤਿਆਰੀ ਨਾਲ ਉਹਨਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਵੈ ਇੱਕ ਸਿੱਖ ਹੈ ਔਰ ਸਿੱਖ ਧਾਰਮਿਕ ਭਾਵਨਾ ਕੋਲ ਕਦੀ ਵੀ ਉਹ ਠੇਸ ਨਹੀਂ ਪਹੁੰਚਾ ਸਕਦੇ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਹੀ ਉਹਨਾਂ ਨੇ ਚੈਨਲ ਦੇ ਖਿਲਾਫ਼ ਮਾਨਹਾਨੀ ਦਾ ਅਦਾਲਤ ਵਿੱਚ 100 ਕਰੋੜ ਦਾ ਦਾਅਵਾ ਵੀ ਕੀਤਾ ਹੈ। ਦੇਖੋ ਇਨਸਾਫ ਟੀਵੀ ਦੇ ਨੂੰ ਮੈਂ ਬੜਾ ਧਿਆਨ ਨਾਲ ਸੁਣਿਆ ਔਰ 6:30 ਵਜੇ ਮੈਂ ਇਹਨਾਂ ਦਾ ਜਿਹੜੇ ਕੋਈ ਉੱਥੇ ਕਮਲ ਜੋਤੀ ਜਾਂ ਜੋਤੀ ਕਮਲ ਜਿਹੜਾ ਨਾਂ ਸੀ ਉਹਨੂੰ ਟੈਲੀਫੋਨ ਕੀਤਾ ਕਿ ਤੁਹਾਡੀ ਇਹ ਚੱਲ ਰਹੀ ਹੈ ਔਰ ਤੁਸੀਂ ਇਹਨੂੰ ਇਹ ਗਲਤ ਚਲਾ ਰਹੇ ਹੋ, ਇਹਨੂੰ ਵੈਰੀਫਾਈ ਕਰੋ ਕਿ ਕੀ ਹੈ। ਅਤੇ ਅੱਜ ਮੇਰੇ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਉਹ ਹਰਟ ਹੋਏ ਨੇ। ਉਹਦੇ 'ਚ ਇਕੱਲੀ ਇਹੀ ਨਹੀਂ, ਮੈਨੂੰ ਪੋਲੀਟੀਕਲੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਨੂੰ ਰਿਲੀਜੀਅਸ ਤੌਰ 'ਤੇ ਵੀ ਉਹਦੇ 'ਚ ਇਹਨਾਂ ਨੇ ਬਿਨਾਂ ਕਿਸੇ ਵੈਰੀਫਾਈ ਕੀਤਿਆਂ ਜਿੰਨੇ ਵੀ ਚੈਨਲ ਨੇ ਉਹਨਾਂ ਨੇ ਇਹਨੂੰ ਚਲਾਇਆ। ਇਹ ਜਿਹੜਾ ਮੀਡੀਆ ਹੁੰਦਾ, ਇਹ ਮੀਡੀਆ ਆਪਾਂ ਜੇ ਕਹਿੰਦੇ ਕਿ ਮੀਡੀਆ ਦੇ ਉੱਤੇ ਕੋਈ ਅਟੈਕ ਹੁੰਦਾ ਤਾਂ ਸਾਰਾ ਮੀਡੀਆ ਇਕੱਠਾ ਹੁੰਦਾ, ਅਤੇ ਜੇ ਮੀਡੀਆ ਕਿਸੇ 'ਤੇ ਅਟੈਕ ਕਰੇ ਤਾਂ ਉਹਦੀ ਲਾਇਬਿਲਿਟੀ ਉਹਨਾਂ ਦੀ ਵੀ ਬਣਦੀ ਹੈ ਕਿ ਉਹ ਪਹਿਲਾਂ ਵੈਰੀਫਾਈ ਕਰਨ, ਅਤੇ ਉਹਦੇ ਬਾਅਦ ਕਿਸੇ ਮੀਡੀਆ ਵਾਲੇ ਨੇ ਕਿਸੇ ਚੈਨਲ ਨੇ ਮੇਰਾ ਵਰਸ਼ਨ ਨਹੀਂ ਲਿਆ ਅਤੇ ਔਰ ਇਹਨੂੰ ਇਮੀਡੀਏਟਲੀ ਉਹਨਾਂ ਨੇ ਚਲਾ ਦਿੱਤਾ। ਇਹ ਜਿਹੜੀ ਮੈਂ ਐਪਲੀਕੇਸ਼ਨ SSP ਸਾਹਿਬ ਨੂੰ ਦਿੱਤੀ ਆ ਸਾਈਬਰ ਕ੍ਰਾਈਮ ਦੇ ਲਈ, ਮੈਂ ਐਪਲੀਕੇਸ਼ਨ ਫਾਰ ਰਜਿਸਟ੍ਰੇਸ਼ਨ ਆਫ ਅ ਕ੍ਰਿਮੀਨਲ ਕੇਸ ਅੰਡਰ ਸੈਕਸ਼ਨ 465, 469, 471, 259, 295 ਏ, ਜਿਹਦੇ 'ਚ ਰਿਲੀਜੀਅਸ ਸੈਂਟੀਮੈਂਟਸ ਆਰਟ ਕੀਤੇ ਨੇ, 500, 120 BI IPC ਐਂਡ ਸੈਕਸ਼ਨ 6767A ਇਨਫੋਰਮੇਸ਼ਨ ਟੈਕਨੋਲੋਜੀ ਐਕਟ ਅਗੇਂਸਟ ਰਾਹੁਲ ਜੋਸ਼ੀ ਮੈਨੇਜਿੰਗ ਡਾਇਰੈਕਟਰ ਨਿਊਜ਼18 ਗਰੁੱਪ ਫਸਟ ਫਲੋਰ ਇੰਪਾਇਰ ਕੰਪਲੈਕਸ 414 ਸੈਨਾਪਤੀ ਬਾਪਤ ਮਾਰਗ ਲੋਅਰ ਪਰ ਮੁੰਬਈ ਮਹਾਰਾਸ਼ਟਰਾ ਇੰਡੀਆ। ਉਹਦਾ ਟੈਲੀਫੋਨ ਨੰਬਰ ਦਿੱਤਾ ਜੋਤੀ ਕਮਲ ਐਡੀਟਰ ਨਿਊਜ਼18 ਪੰਜਾਬ, ਵਿਜੇਪਾਲ ਸਿੰਘ ਬਰਾੜ DNE ਨਿਊਜ਼18 ਪਲੋਟ ਨੰਬਰ 88 ਫੇਸ 2 ਇੰਡਸਟਰੀਅਲ ਏਰੀਆ ਚੰਡੀਗੜ੍ਹ ਐਂਡ ਅਦਰ ਅਨਨੋਨ ਅਕਿਊਜ਼ਡ ਪਰਸਨ। ਇਹ ਮੈਂ ਇਹਨਾਂ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਏ, ਜਿਹੜੀ ਡਾਕਟਰ ਕੀਤੀ ਆ, ਜਿਹੜੀ ਐਡਿਟ ਕੀਤੀ ਆ ਵੀਡੀਓ, ਕਿ ਉਹਦੇ 'ਚ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹਦੀ ਕੀਤੀ ਜਾਏ। ਤੁਸੀਂ ਉਹਦੇ 'ਚ ਵੇਖਿਆ ਹੋਣਾ ਕਿ ਜਦੋਂ ਉਹ ਇੱਕ ਪੇਪਰ ਦਿਖਾ ਰਹੇ ਨੇ ਜਿਹਦੇ 'ਚ ਇਹ ਨਾਨਕ ਸਾਹਿਬ ਨੇ, ਉਹਦੇ 'ਚ 32 MLA ਖੜ੍ਹੇ ਨੇ, ਜੇ ਤਾਂ ਇਹ ਕੋਈ 1.5 ਸਾਲ ਪੁਰਾਣੀ ਆ ਅਤੇ ਉਹਦੇ ਉਹ ਤਾਂ ਮੇਰੇ ਖਿਆਲ ਰੈਲੀਵੈਂਸੀ ਹੈ ਨਹੀਂ, ਅਤੇ ਜੇ ਕੋਈ 3-4 ਜਾਂ ਮਹੀਨਾ ਪੁਰਾਣੀਆਂ ਤਾਂ ਉਹਦਾ ਮਤਲਬ ਮੈਂ ਗਰਮੀਆਂ ਵਾਲੇ ਕੱਪੜੇ ਜਾਂ ਉਹ ਨਹੀਂ ਪਾ ਕੇ ਖੜੋ ਸਕਦਾ, ਸਰਦੀਆਂ ਸੀਗੀਆਂ, ਸਰਦੀਆਂ ਵਾਲੇ ਕੱਪੜੇ ਹੋਣੇ ਚਾਹੀਦੇ। ਇਹ ਤਾਂ ਹੁਣ SSP ਜਾਂ ਸਾਈਬਰ ਕ੍ਰਾਈਮ ਵਾਲੇ ਜਿਹੜੇ ਇਹਨੂੰ ਵੈਰੀਫਾਈ ਕਰਨਗੇ ਕਿ ਇਹ
ਕਿਸ ਟਾਈਮ ਦੀ ਇਹ ਲਾਈ ਗਈ ਆ। ਰੰਧਾਵਾ ਸਾਹਿਬ, ਨਿਊਜ਼ 18 ਦੇ ਖਿਲਾਫ ਹੀ ਇਹ ਕੇਵਲ ਦਿੱਤੀ ਗਈ ਹੈ ਕਿ ਜਾਂਚ? ਮੈਂ ਬਾਕੀ ਵੀ ਡੇਲੀ ਪੋਸਟ ਔਰ PTC ਦੇ ਉੱਤੇ ਵੀ ਮੈਂ ਜਿਹੜੀ ਸੁਣੀ ਹੈ, ਮੈਂ ਉਹਨਾਂ ਨੂੰ ਵੀ ਇਹਦਾ ਜਿਹੜਾ ਵਿੱਚ ਲਿਖਿਆ ਅਦਰ ਅਨਨੋਨ ਅਕਿਊਜ਼ਡ, ਇਹ ਸਾਰੇ ਇਹਦੇ 'ਚ ਆਉਣਗੇ ਜਿਹੜੇ ਜਿਹੜੇ ਚੈਨਲ ਨੇ ਚਲਾਈ ਆ, ਉਹਨਾਂ ਸਾਰਿਆਂ ਨੂੰ ਅਸੀਂ ਇਹਦੇ 'ਚ ਲੈ ਕੇ ਆਵਾਂਗੇ। ਔਰ ਇਹਦੇ ਬਾਅਦ ਵਕੀਲ ਸਾਹਿਬ ਮੇਰੇ ਕੋਲ ਖੜ੍ਹੇ ਨੇ, ਅਸੀਂ ਡਿਫਮ ਉਹਨਾਂ ਨੂੰ 100 ਕਰੋੜ ਦਾ ਕੇਸ ਜਿਹੜਾ ਇਹ ਲਿਖਿਆ ਆ, ਅਸੀਂ ਉਹਨੂੰ ਕਰਨ ਲਈ ਜਾ ਰਹੇ ਹਾਂ। ਉਹਦੇ ਵਿੱਚ ਪਹਿਲੀ ਜਿਹੜੀ ਆ ਅੱਜ ਜਿਹੜਾ ਅਸੀਂ ਤਿਆਰ ਕੀਤਾ, ਰਾਹੁਲ ਜੋਸ਼ੀ ਮੈਨੇਜਿੰਗ ਡਾਇਰੈਕਟਰ, ਜੋਤੀ ਕਮਲ ਐਡੀਟਰ, ਔਰ ਵਿਜੇਪਾਲ ਸਿੰਘ ਬਰਾੜ DNE ਲੀਗਲ ਨੋਟਿਸ ਜਿਹੜਾ ਅੱਜ ਉਹਨਾਂ ਨੂੰ ਅਸੀਂ ਇਸ਼ੂ ਕਰ ਦਾਂਗੇ, ਅਤੇ ਨਾਲ ਹੀ 3 ਤਰੀਕ ਨੂੰ ਕੋਰਟ ਖੋਲ੍ਹਣ 'ਤੇ ਵਕੀਲ ਸਾਹਿਬ ਉਹਨੂੰ ਕਰ ਦੇਣਗੇ। ਉਹਦੇ 'ਚ ਅਸੀਂ ਜਿਹੜਾ ਲਿਖਿਆ ਕਿ ਦੈਟ ਆਈ ਔਨ ਬਿਹਾਫ ਆਫ ਮਾਈ ਅਬਾਊਟ ਸਾਈਡ ਕਲਾਇੰਟ ਮੇਕ ਏ ਡਿਮਾਂਡ ਫੋਰ ਦਾ ਪੇਮੈਂਟ ਆਫ ਅਬਾਊਟ ਸਾਈਡ ਅਮਾਊਂਟ ਆਫ ₹100 crore ਐਜ ਡੈਮੇਜਿਸ ਵਿਦ 7 clear days ਟਾਈਮ ਫਰੋਮ ਦਾ ਰਿਸੀਪਟ ਆਫ ਦਿਸ ਨੋਟਿਸ ਔਰ ਇਨ ਆਲਟਰਨੇਟਿਵ ਟੂ ਮੇਕ ਦਾ ਅਪੋਲੋਜੀ ਵਿਦ ਇਨ 2 days ਫਰੋਮ ਦਾ ਰਿਸੀਪਟ ਆਫ ਦਿਸ ਨੋਟਿਸ ਬਾਈ ਯੂ, ਅਦਰਵਾਈਜ਼ ਮਾਈ ਕਲਾਇੰਟ ਸ਼ੈਲ ਬੀ ਕੰਸਟ੍ਰੇਨਡ ਟੂ ਪ੍ਰੋਸੀਡ ਅਗੇਂਸਟ ਯੂ ਇਨ ਕੋਰਟ ਆਫ ਲਾ ਫਾਰ ਯੂਅਰ ਅਬਵ ਮੈਂਸ਼ਨ ਸਿਵਲ ਐਜ ਵੈਲ ਐਜ ਕ੍ਰਿਮੀਨਲ ਐਕਟ ਐਂਡ ਇਨ ਦਿਸ ਸੈਡ ਕੇਸ ਯੂ ਵਿਲ ਬੀ ਲਾਇਬਲ ਫਾਰ ਆਲ ਦਾ ਕੋਸਟ ਆਫ ਕੰਸੀਕੁਐਂਸਿਸ। ਇਹ ਜਿਹੜਾ ਉਹਨਾਂ ਨੂੰ ਅਸੀਂ ਅੱਜ ਨੋਟਿਸ ਭੇਜ ਦਾਂਗੇ, ਔਰ 3 ਤਰੀਕ ਨੂੰ ਜਿਸ ਵੇਲੇ ਅਦਾਲਤ ਖੁੱਲ੍ਹੇਗੀ ਉੱਥੇ ਵੀ ਡੈਫਾਮੇਸ਼ਨ ਦਾ ਕੇਸ ਇਹ ਮੈਂ ਉੱਥੇ ਕਰਾਂਗਾ। ਜਿਹੜਿਆਂ ਨੇ ਚਲਾਈ ਹੈ ਇਹ ਫੋਰਸਡ ਆ, ਇਹਦੇ ਝੂਠੀ ਆ, ਔਰ ਇਹ ਮੇਰਾ ਜਿਹੜਾ ਤੁਸੀਂ ਸਾਰੇ ਆ ਜਿਹੜੇ ਬਟਾਲੇ ਵਾਲੇ ਖੜੇ ਹੋ, ਤੁਸੀਂ ਆਪ ਹੀ ਦੇਖੋ, ਤੁਹਾਡੇ ਤੇਰੇ ਚੈਨਲ 'ਤੇ ਵੀ ਡੇਲੀ ਪੋਸਟ 'ਤੇ ਚੱਲਦੇ, ਤੂੰ ਆਪ ਵੈਰੀਫਾਈ ਕਰ ਲਾ ਕਿ ਕਿਹੜੀਆਂ, ਮੈਨੂੰ ਕਿਉਂ ਪੁੱਛਦੇ ਹੋ? ਗਰਮੀਆਂ ਦੀ ਅੱਧੀਆਂ ਬਾਹਾਂ ਦੇ ਕੁੜਤੇ ਪਾਏ ਨੇ, ਇਹ ਪਤਾ ਨਹੀਂ ਕਿਹੜੇ ਦੇ। ਔਰ ਜਿਹੜਾ ਹਾਦਸਾ ਪਿੱਛੇ ਆ ਰਿਹਾ, ਉਹ 2 ਬੰਦੇ ਅਸੀਂ ਖੜ੍ਹੇ ਹਾਂ ਅਤੇ ਹਾਦਸਾ 40-50 ਦਾ ਵਿਚਾਰੇ ਸੁਣ ਰਹੇ ਹੋ, ਕਿਵੇਂ ਹੱਸ ਰਹੇ ਨੇ? ਅਤੇ ਇਹ ਜਿਹੜੀ ਚੀਜ਼ਾਂ ਨੇ, ਇਹ ਮੇਰੇ ਜਿਹੜੇ ਪੋਲੀਟੀਕਲ ਓਪੋਨੈਂਟ ਨੇ ਉਹ ਬਿਲਕੁਲ ਇਹਦੇ 'ਚ ਮੈਂ ਇਹ ਵੀ ਕਹੂੰਗਾ ਕਿ ਚੈਨਲ ਵਾਲਿਆਂ ਨੂੰ ਕਿ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਪਾਉਂਦੇ ਨੇ, ਪਹਿਲਾਂ ਇਹਨਾਂ ਨੂੰ ਵੈਰੀਫਾਈ ਕਰਨ, ਉਹਦੇ ਬਾਅਦ ਕਰਿਆ ਕਰਨ। ਕਿਸੇ ਦਾ ਪੋਲੀਟੀਕਲ, ਮੇਰੀ ਜਿਹੜੀ ਫੈਮਿਲੀ ਆ ਉਹਦੇ ਉੱਤੇ ਨਾ ਕਦੀ ਕਿਸੇ ਨੇ ਕੋਈ ਉਂਗਲ ਚੁੱਕ ਸਕਿਆ ਅਤੇ ਨਾ ਮੈਂ ਚੁੱਕਣ ਦਾਂਗਾ। ਕੱਲ੍ਹ ਮੈਂ ਇੱਕ ਹੋਰ ਚੀਜ਼ ਦੇਖੀ ਕਿ ਉਹਦੇ 'ਚ ਵਿਰਸਾ ਵਲਟੋਆ 2 ਪੌਂਕੇ ਪੰਜਾਬ 'ਚ ਰੱਖੇ ਗਏ ਨੇ, ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਿਤਾ ਜੀ ਨੇ ਆਹ ਕੀਤਾ, ਅਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਅਕਾਲੀ ਦਲ ਵਾਲਿਆਂ ਨੂੰ, ਮੇਰਾ ਸਕਾ ਬ੍ਰਦਰ, ਰੀਅਲ ਬ੍ਰਦਰ ਇੰਦਰਜੀਤ ਸਿੰਘ ਰੰਧਾਵਾ, ਉਹ ਵੀ ਸਰਦਾਰ ਸੰਤੋਖ ਸਿੰਘ ਰੰਧਾਵੇ ਦਾ ਬੇਟਾ ਅਤੇ ਮੈਂ ਵੀ ਹਾਂ, ਉਹ ਮੇਰੇ ਤੋਂ ਵੱਡਾ, ਔਰ ਉਹ ਜੇ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ, ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਕਿ ਵਾਈਸ ਪ੍ਰੈਜੀਡੈਂਟ ਆ, ਜੇ ਉਹ ਹੋਏ ਤਾਂ ਉਹਦੇ ਲਈ ਸਰਦਾਰ ਸੰਤੋਖ ਸਿੰਘ ਰੰਧਾਵਾ ਬਹੁਤ ਚੰਗਾ, ਅਤੇ ਜੇ ਉਹਦੇ ਤੋਂ ਬੇਟਾ ਉਹਦਾ ਸੁਖਜਿੰਦਰ ਸਿੰਘ ਰੰਧਾਵਾ, ਉਹਦੇ ਲਈ ਸੰਤੋਖ ਸਿੰਘ ਰੰਧਾਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਗੱਦਾਰ ਨੇ। ਇਹ ਜਿਹੜੀ ਡਿਊਲ ਹੈ, ਇਹ ਗੱਦਾਰਾਂ ਦਾ ਟੱਬਰ ਮਜੀਠੀਆ ਟੱਬਰ ਸੀ, ਇਹ ਗੱਦਾਰੀ ਉਹ ਕੌਮ ਨਾ ਕਰ ਸਕਿਆ, ਸੁਖਜਿੰਦਰ ਸਿੰਘ ਰੰਧਾਵਾ ਦਾ ਪਰਿਵਾਰ ਕਦੀ ਨਹੀਂ ਕਰ ਸਕਦਾ। ਅਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਮੈਂ ਰਿਆੜਕੀ ਦੀ ਜੱਟੀ ਦਾ ਦੁੱਧ ਪੀਤਾ, ਇਹਨਾਂ ਦਾ ਮੈਂ ਜਵਾਬ ਠੋਕ ਕੇ ਦਊਂਗਾ। ਇਹ ਕੰਪਲੇਂਟ ਦੇ ਵਿੱਚ ਜਿਹੜੀ ਇੱਕ ਵੀਡੀਓ ਰਿਕਾਰਡਿੰਗ ਚੱਲ ਰਹੀ ਹੈ ਉਹਦੇ ਬਾਰੇ ਦਿੱਤੀ ਹੈ, ਜਿਹੜੀ ਇਹ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ ਜਾਏਗੀ ਅਗਲੀ ਕਾਰਵਾਈ ਲਈ, ਜੋ ਵੀ ਅਸਲੀਅਤ ਉਹਦੇ ਮੁਤਾਬਕ ਅਸੀਂ ਕਰਦੇ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਇਹ ਵੀਡੀਓ ਬਣੀ ਹੈ ਇਹ ਮਤਲਬ ਠੀਕ ਨਹੀਂ, ਇਹਨੂੰ ਕੱਟ ਵੱਟ ਕਰਕੇ ਬਣਾਇਆ ਗਿਆ,
ਅਤੇ ਜਿਹੜੀ ਸਟੇਟ ਸਾਈਬਰ ਕਲੀਅਰ ਹੋ ਜਾਵੇ। ਸਰ, ਕਿਸੇ ਦਾ ਪਰਟੀਕੁਲਰ ਨਾਮ ਲਿਖਿਆ ਗਿਆ ਕੰਪਲੇਂਟ 'ਚ? ਕਿਸ ਇਹ ਟੀ ਵੀ ਚੈਨਲ ਦੇ ਖਿਲਾਫ ਦਿੱਤੀ ਗਈ ਜਿਹਦੇ 'ਤੇ ਖਬਰ ਚੱਲ ਰਹੀ ਹੈ ਸਰ।